ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਿਕਰਮ ਮਜੀਠੀਆ ਦੇ ਨਾਲ ਟਕਰਾ। ਤੁਸੀਂ ਵੀ ਸੋਚ ਕੇ ਇਸ ਖਬਰ ਨੂੰ ਹੋਰਾਂ ਯੂਟਿਊਬ ਚੈਨਲਾਂ ਵਾਂਗ ਹਾਸੋਹੀਣਾ ਕਰਾਰ ਦੇਵੋਗੇ, ਪਰ ਨਹੀਂ, ਪੰਜਾਬੀ ਟੀਵੀ ਹਮੇਸ਼ਾ ਸੱਚ ਦੀ ਆਵਾਜ਼ ਬਣ ਕੇ ਅੰਦਰ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਟਕਰਾ, ਜੀ ਹਾਂ, ਨਵਜੋਤ ਸਿੰਘ ਸਿੱਧੂ ਦਾ ਬਿਕਰਮ ਮਜੀਠੀਆ ਦੇ ਨਾਲ, ਜੋ ਬੀਤੀ ਰਾਤ ਐਤਵਾਰ ਨੂੰ ਇਸ ਸਮਾਗਮ ਵਿੱਚ ਹੋਇਆ, ਜਿੱਥੇ ਸਿੱਧੂ ਇਸ ਸਮਾਗਮ ਵਿੱਚ ਬਤੌਰ ਮਹਿਮਾਨ ਵਜੋਂ ਪਹੁੰਚੇ, ਤਾਂ ਉੱਥੇ ਹੀ ਸਿੱਧੂ ਦੇ ਸਿਆਸੀ ਦੁਸ਼ਮਣ ਬਿਕਰਮ ਸਿੰਘ ਮਜੀਠੀਆ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਹਾਲਾਂਕਿ ਦੋਨਾਂ ਨੇ ਆਪਸ ਵਿੱਚ ਕੋਈ ਗੱਲਬਾਤ ਨਾ ਕੀਤੀ, ਪਰ ਦੋਹੇ ਸਿਆਸਤਦਾਨ ਇੱਕ ਦੂਜੇ ਦੇ ਨਜ਼ਦੀਕ ਬੈਠੇ ਦਿਖਾਈ ਦਿੱਤੇ। ਤੇ ਪਹਿਲਾਂ ਤੁਹਾਨੂੰ ਉਹ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਦਿਖਾਵਾਂਗੇ ਜਿੱਥੇ ਸਿੱਧੂ ਤੇ ਮਜੀਠੀਆ ਇਕੱਠੇ ਹੋਏ। ਨਵਜੋਤ ਸਿੱਧੂ ਸਣੇ ਹੋਰ ਤਮਾਮ ਲੀਡਰਾਂ ਨੇ ਸ਼ਿਰਕਤ ਕੀਤੀ। ਆਏ ਦਿਨ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੁੰਦੀਆਂ ਨੇ ਜਿਸ 'ਚ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਦਾ ਜ਼ਿਕਰ ਹੁੰਦਾ, ਪਰ ਸਿੱਧੂ ਪੰਜਾਬ ਦੀ ਸਿਆਸਤ 'ਚ ਹੁਣ ਗਤੀਵਿਧੀਆਂ ਤੇਜ਼ ਕਰ ਰਹੇ ਨੇ, ਜੋ ਆਉਣ ਵਾਲੇ ਸਮੇਂ 'ਚ ਸਿਆਸੀ ਸਮੀਕਰਨਾਂ 'ਚ ਜ਼ਰੂਰ ਭੁਚਾਲ ਲਿਆਵੇਗਾ, ਜੋ ਸਿਆਸੀ ਤੇ ਰਾਜਨੀਤਿਕ ਮਾਹਿਰ ਮੰਨਦੇ ਨੇ। ਜਲੰਧਰ ਤੋਂ ਬਿਊਰੋ ਰਿਪੋਰਟ, ਪੰਜਾਬੀ ਟੀਵੀ।